ਨਾਓ ਜਿਹੜਾ ਤੁਹਾਡੇ ਕੋਲ ਸਟਾਇਰਡ ਟੈਂਕ ਨੇ, ਦੀਜ਼ ਆਰ ਰਿਐਕਟਰ ਇਜ਼ ਜੂਲੀ ਸਿਲੰਡਰੀਕਲ ਨੇ, ਸਿਲੰਡਰੀਕਲ ਨੇ ਵਿਦ ਏ ਕਾਰਬਡ ਬੇਸ ਟੂ ਫੈਸਿਲੀਟੇਟ ਦਾ ਮਿਕਸਿੰਗ, ਨੀਚੇ ਵਾਲੀ ਬੇਸ ਕਰਬ ਹੋਊਗਾ ਤਾਂ ਕਿ ਮਿਕਸਿੰਗ ਅੱਛੀ ਤਰ੍ਹਾਂ ਹੋ ਸਕੇ। ਸਟਾਇਰ ਫੈਸਿਲੀਟੇਟ, ਸਟਾਇਰ ਮੀਨਸ ਜਿਹੜੇ ਆ ਵਿੱਚ ਉਹਦੇ ਲੱਗੀ ਹੋਈ ਆ ਰੋਡ, ਫਲੈਟ ਬਲੇਡਸ ਨੇ, ਇਹ ਸਟਾਇਰ ਕਰਦੇ ਆ, ਹਿਲਦੇ ਆ, ਯੈਲੋ ਕਲਰ ਦਾ ਕਲਚਰ ਆ ਜਿਹਦੇ ਵਿੱਚੋਂ ਇਹ ਪ੍ਰੋਟੀਨ ਕੱਢ ਦਿੰਦੇ ਆ, ਡਿਜ਼ਾਇਰੇਬਲ ਪ੍ਰੋਟੀਨ। ਸਟਾਇਰ ਫੈਸਿਲੀਟੇਟ ਈਵਨ ਮਿਕਸਿੰਗ ਐਂਡ ਆਕਸੀਜਨ ਅਵੇਬਿਲਟੀ ਥਰੂ ਆਊਟ ਦਾ, ਇਹਦੇ ਵਿੱਚ ਮਿਕਸਿੰਗ ਵੀ ਵਧੀ ਹੁੰਦੀ ਹੈ ਅਤੇ ਆਕਸੀਜਨ ਵੀ ਪ੍ਰੋਪਰ ਮਿਲਦੀ ਆ। ਦਿਸ ਇਜ਼ ਦਿਸ ਪਾਈਪ ਦੈਟ ਕੰਟਰੋਲ ਦਾ ਪੀ ਐੱਚ ਨੂੰ ਕੰਟਰੋਲ ਕਰਦੀ ਆ, ਬਾਏ ਦਿਸ ਸਟੀਮ ਦਿੱਤੀ ਜਾਂਦੀ ਆ ਸਟੈਰਲਾਈਜੇਸ਼ਨ ਦੇ ਲਈ ਤਾਂ ਕਿ ਕੋਈ ਹੋਰ ਐਕਸਟਰਾ ਬੈਕਟੀਰੀਆ ਵਗੈਰਾ ਨਾ ਹੋਣ। ਇਹ ਮੋਟਰ ਆ ਜਿਹੜੀ ਇਹਨੂੰ ਮੂਵ ਕਰਨ 'ਚ ਹੈਲਪ ਕਰਦੀ ਆ, ਇਹ ਫੋਮ ਨੂੰ ਕੰਟਰੋਲ ਕਰਦਾ ਆ, ਇਹ ਬਲੇਡਸ ਨੇ ਜਿਨ੍ਹਾਂ ਨੇ ਤੁਹਾਡੇ ਕੋਲ ਜਿਹੜਾ ਕਲਚਰ ਆ ਉਹਦੀ ਬਰੂਥਿੰਗ ਕਰਨੀ ਆ। ਨੈਕਸਟ ਇੱਥੋਂ ਸਟਰਾਇਲ ਏਅਰ ਆਕਸੀਜਨ ਪਾਈ ਜਾਂਦੀ ਆ, ਸਟਰਾਇਲ ਆਕਸੀਜਨ ਉਹ ਆ ਜਿਹੜੀ ਪਿਓਰ ਆ ਜਿਹਦੇ ਵਿੱਚ ਕੋਈ ਵੀ ਕੈਨ ਸੇ ਕੋਈ ਬੈਕਟੀਰੀਆ ਕੋਈ ਪੈਥੋਜਨ ਨਹੀਂ ਹੈਗੇ। ਇਫ ਯੂ ਲੁੱਕ ਐਟ ਦਾ ਫਿਗਰ ਕਲੋਜ਼ਲੀ ਯੂ ਵਿਲ ਸੀ ਦਾ ਬਾਇਓਰੈਕਟਰ ਹੈਜ਼ ਐਨ ਐਗੀਗੇਟਰ ਸਿਸਟਮ ਜਿਹਦੇ ਵਿੱਚ ਆਕਸੀਜਨ ਦੀ ਡਿਲੀਵਰੀ ਵੀ ਕੀਤੀ ਜਾਂਦੀ ਹੈ ਅਤੇ ਫੋਮ ਦੇ ਕੰਟਰੋਲ ਨੂੰ ਵੀ ਕਰਦਾ ਆ, ਟੈਂਪਰੇਚਰ ਨੂੰ ਵੀ ਕੰਟਰੋਲ ਕਰਦਾ, ਪੀ ਐੱਚ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਦਾ ਆ ਜਿਹਦੇ ਨਾਲ ਅਸੀਂ ਆਪਣੀ ਮਰਜ਼ੀ ਦਾ ਪ੍ਰੋਟੀਨ ਪ੍ਰੋਡਕਟ ਕੱਢ ਸਕਦੇ ਹਾਂ। ਨੈਕਸਟ ਇਜ਼ ਡਾਊਨ ਸਟ੍ਰੀਮਿੰਗ ਪ੍ਰੋਸੈਸ, ਨਾਓ ਵਟ ਇਜ਼ ਡਾਊਨ ਸਟ੍ਰੀਮ। ਆਫਟਰ ਕੰਪਲੀਸ਼ਨ ਆਫ ਬਾਇਓ ਸਿੰਥੈਟਿਕ ਸਟੇਜ, ਬਾਇਓ ਮੀਨਸ ਲਿਵਿੰਗ, ਸਿੰਥੈਟਿਕ ਮੀਨਸ ਅਸੀਂ ਲਿਵਿੰਗ ਚੀਜ਼ਾਂ ਨਾਲ ਜਿਹੜੀ ਪ੍ਰੋਟੀਨ ਬਣਾਈ ਆ ਉਹ ਪ੍ਰੋਟੀਨ ਹੁਣ ਅਸੀਂ ਬਣ ਚੁੱਕੀ ਆ, ਉਹ ਪ੍ਰੋਟੀਨ ਬਣਨ ਤੋਂ ਬਾਅਦ ਇਟ ਇਜ਼ ਸਬਜੈਕਟਡ ਟੂ ਪਾਸ ਥਰੂ ਏ ਸੀਰੀਜ਼ ਆਫ ਪ੍ਰੋਸੈਸ, ਉਹਨੂੰ ਇੱਕ ਸੀਰੀਜ਼, ਉਸ ਤੋਂ ਬਾਅਦ ਉਹ ਪ੍ਰੋਟੀਨ ਬਣਨ ਤੋਂ ਬਾਅਦ ਵੀ ਉਹਨੂੰ ਕਈ ਹੋਰ ਪ੍ਰੋਸੈਸਿਸ ਦੇ ਥਰੂ ਨਿਕਲਣਾ ਪੈਂਦਾ ਆ, ਸੋ ਦੈਟ ਇਟ ਇਜ਼ ਅਵੇਲੇਬਲ ਫਾਰ ਮਾਰਕੀਟ। ਮਾਰਕੀਟ ਦੇ ਵਿੱਚ ਲਿਆਉਣ ਤੋਂ ਪਹਿਲਾਂ ਉਹ ਸਾਡੇ ਕੋਲ ਪ੍ਰੋਟੀਨ ਜਿਹੜੀ ਬਣ ਗਈ ਆ ਰਿਕੰਬੀਨੈਂਟ, ਉਹਨੂੰ ਅੱਗੇ ਹੁਣ ਹੋਰ ਪ੍ਰੋਸੈਸਿਸ ਤੋਂ ਵਿੱਚ ਨਿਕਲਣਾ ਪੈਂਦਾ ਆ। ਦੈਟ ਪ੍ਰੋਸੈਸਿਸ ਆਰ ਕਾਲਡ ਡਾਊਨ ਸਟ੍ਰੀਮਿੰਗ ਪ੍ਰੋਸੈਸਿਸ। ਕੀ ਨੇ ਡਾਊਨ ਸਟ੍ਰੀਮਿੰਗ ਪ੍ਰੋਸੈਸਿਸ? ਸੈਪਰੇਸ਼ਨ ਐਂਡ ਪਿਊਰੀਫਿਕੇਸ਼ਨ, ਹੁਣ ਜਿਹੜੀ ਉਹ ਸੈਪਰੇਟ ਕੀਤੀ ਆ, ਬਿਲਕੁਲ ਸੈਪਰੇਟ ਆ, ਅਲੱਗ ਆ, ਕੁਛ ਨਹੀਂ ਉਹਦੇ ਵਿੱਚ ਉਹ ਵਾਲਾ। ਨੈਕਸਟ ਉਹ ਪਿਊਰੀਫਾਈ ਆ, ਉਹਦੇ ਵਿੱਚ ਕੋਈ ਹੋਰ ਤਾਂ ਨਹੀਂ ਜੀਨ ਆ ਗਿਆ ਆ, ਦੈਟ ਇਜ਼ ਪਿਊਰੀਫਾਈਡ। ਦੀਜ਼ ਆਰ ਰੈਫਰ ਟੂ ਐਸ ਡਾਊਨ ਸਟ੍ਰੀਮਿੰਗ। ਦ ਪ੍ਰੋਡਕਟ ਹੈਜ਼ ਟੂ ਬੀ ਫਾਰਮੂਲੇਟਡ ਵਿਦ, ਫਿਰ ਉਹਦੇ 'ਚ ਪ੍ਰਜ਼ਰਵੇਟਿਵ ਪਾਉਣਾ ਤਾਂ ਕਿ ਇਹਨੂੰ ਲੌਂਗ ਟਰਮ ਦੇ ਵਿੱਚ ਯੂਜ਼ ਕੀਤਾ ਜਾ ਸਕੇ। ਉਸ ਤੋਂ ਬਾਅਦ ਵੱਲੋਂ ਪ੍ਰੋਸੈਸ ਆ, ਫਾਰ ਐਗਜ਼ਾਮਪਲ ਆਪਾਂ ਕੋਈ ਡਰੱਗ ਇਸ ਤਰ੍ਹਾਂ ਤਿਆਰ ਕੀਤੀ ਆ, ਡਿਜ਼ਾਇਰੇਬਲ ਪ੍ਰੋਟੀਨ ਨਾਲ ਕੋਈ ਡਰੱਗ ਬਣਾਈ ਆ, ਡਰੱਗਸ ਬਣਾਈਆਂ ਨੇ, ਤਾਂ ਉਹ ਡਰੱਗਸ ਦਾ ਕਲੀਨਿਕਲ ਟਰਾਇਲ ਫਿਰ ਉਹਨਾਂ ਨੂੰ ਯੂਜ਼ ਕਰਕੇ ਦੇਖਦੇ ਆ। ਫਾਰ ਐਗਜ਼ਾਮਪਲ ਕਲੀਨਿਕਲ ਟਰਾਇਲ ਜ਼ਿਆਦਾਤਰ ਮਾਊਸ 'ਤੇ ਕਰਦੇ ਆ ਕਿ ਉਹਨਾਂ 'ਚੋਂ ਕੀ ਇਫੈਕਟ ਸ਼ੋ ਕਰ ਰਹੀ ਆ। ਆਫਟਰ ਦੈਟ ਉਹਦੀ ਕੁਆਲਿਟੀ ਕੰਟਰੋਲ ਕੀਤੀ ਜਾਂਦੀ ਆ, ਠੀਕ ਆ। ਦੈਨ ਆਫਟਰ ਦਿਸ ਆਲ ਦੀਸ ਪ੍ਰੋਸੈਸਿਸ ਤੋਂ ਬਾਅਦ ਹੀ ਉਹ ਸਾਡੀ ਮਾਰਕੀਟ ਦੇ ਵਿੱਚ ਅਵੇਲੇਬਲ ਹੁੰਦੀ ਆ ਚੀਜ਼ ਸਾਨੂੰ। ਡਾਊਨ ਸਟ੍ਰੀਮਿੰਗ ਪ੍ਰੋਸੈਸਿਸ ਐਂਡ ਕੁਆਲਿਟੀ ਕੰਟਰੋਲ ਟੈਸਟ ਵੇਰੀ ਫਰੋਮ ਪ੍ਰੋਡਕਟ। ਹੁਣ ਡਾਊਨ ਸਟ੍ਰੀਮਿੰਗ ਪ੍ਰੋਸੈਸ ਨੇ ਅਤੇ ਕੁਆਲਿਟੀ ਕੰਟਰੋਲ ਇਹ ਪ੍ਰੋਡਕਟ ਟੂ ਪ੍ਰੋਡਕਟ ਵੇਰੀ ਕਰਦੇ ਨੇ ਕਿ ਇਹਦੇ 'ਚ ਕਿੰਨੀ ਕੁਆਲਿਟੀ, ਕਿਸੇ ਚੀਜ਼ ਦੀ ਕਿੰਨੀ ਕੁਆਲਿਟੀ, ਉਹਦੀ ਕੁਆਲਿਟੀ ਕਿੰਨੀ ਕੁ ਚਾਹੀਦੀ ਆ, ਕੀ ਉਹ ਪ੍ਰੋਟੀਨ 20% ਚਾਹੀਦੀ ਆ, ਕੀ ਉਹ 50% ਚਾਹੀਦੀ ਆ, ਇਹ ਸਾਰਾ ਕੁਝ ਕੰਟਰੋਲ ਕਰਨ ਤੋਂ ਬਾਅਦ ਇਹ ਹਰ ਇੱਕ ਪ੍ਰੋਡਕਟ ਦਾ ਅਲੱਗ ਅਲੱਗ ਆ। ਉਸ ਤੋਂ ਬਾਅਦ ਉਹ ਪ੍ਰੋਟੀਨ ਜਿਹੜੀ ਅਸੀਂ ਰਿਕੰਬੀਨੈਂਟ ਬਣਾਈ ਆ, ਚਾਹੇ ਅਸੀਂ ਉਹਨੂੰ ਕੈਂਸਰ ਯੂਜ਼ ਕਰਨ ਦੇ ਲਈ ਲੈ ਰਹੇ ਹਾਂ, ਚਾਹੇ ਕੋਈ ਹੋਰ ਡਰੱਗ ਬਣਾ ਰਹੇ ਹਾਂ, ਫਿਰ ਉਹ ਮਾਰਕੀਟ ਦੇ ਵਿੱਚ ਅਵੇਲੇਬਲ ਹੁੰਦੀ ਆ। ਦਿਸ ਇਜ਼ ਆਲ ਅਬਾਊਟ ਯੂਅਰ ਬਾਇਓਟੈਕਨੋਲੋਜੀ।